ਨਸ਼ੇ ਦੀ ਵਿਆਹਤਾ ਲਾਈਫ। ਜੀ ਹਾਂ, ਇੱਕ ਅਜਿਹੀ ਮਨਭਾਗੀ ਘਟਨਾ ਫਿਰੋਜ਼ਪੁਰ ਦੇ ਪਿੰਡ ਸ਼ਹਿਜ਼ਾਦੀ ਵਿਖੇ ਵਾਪਰੀ ਹੈ, ਜਿੱਥੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਮੌਤ ਦੇ ਮੂੰਹ ਵਿੱਚ ਚਲਾ ਗਿਆ। ਮ੍ਰਿਤਕ ਬੂਟਾ ਸਿੰਘ ਦੇ ਪਿਤਾ ਭਿੰਦਰ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਇੱਕ ਹਫ਼ਤੇ ਪਹਿਲਾਂ ਵਿਆਹ ਹੋਇਆ ਸੀ। ਉਹਨਾਂ ਦੱਸਿਆ ਕਿ ਲੰਘੀ ਸ਼ਾਮ ਉਹਨਾਂ ਨੂੰ ਬੂਟਾ ਸਿੰਘ ਨਸ਼ੇ ਕਾਰਨ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ, ਜਿਸ ਮਗਰੋਂ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਪਰ ਇੱਥੇ ਪੁੱਜਦਿਆਂ ਉਸ ਦੀ ਮੌਤ ਹੋ ਗਈ। ਉੱਥੇ ਹੀ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤੀ ਨਾਲ ਨਸ਼ੇ 'ਤੇ ਨਕੇਲ ਕੱਸਣ ਦੀ ਗੁਹਾਰ ਲਗਾਈ ਹੈ, ਉੱਥੇ ਪੰਜਾਬ ਸਰਕਾਰ ਨੂੰ ਆਪਣੇ ਵਾਅਦੇ ਵਫਾ ਕਰਨ ਦੀ ਅਪੀਲ ਕੀਤੀ ਹੈ। ਬੱਚੇ ਨੂੰ ਘਰੋਂ ਸੱਦ ਕੇ ਲਿਆ ਤਰਸੇਮ ਸਿੰਘ ਨਾਂ ਦਾ, ਜੋ ਕਿ ਇੱਥੇ ਸ਼ਹਿਜ਼ਾਦੀ ਪਿੰਡ ਦੇ ਰਹਿਣ ਵਾਲਾ, ਅਤੇ ਉਸ ਤੋਂ ਬਾਅਦ ਉਹਦੇ ਕੜਾ ਪਾਇਆ ਸੀਗਾ, ਛਾਪਾਂ ਪਾਈਆਂ ਸੀ ਦੋ ਜੀ, ਜਿਸ ਤੋਂ ਉਪਰੰਤ ਪਤਾ ਲੱਗਾ ਕਿ ਜਦੋਂ ਵੀ ਸ਼ਾਮ ਦਾ ਵੇਲਾ ਸੀ 8-7-8 ਵਜੇ ਦਾ, ਅਤੇ ਜਦੋਂ ਪਤਾ ਲੱਗਾ ਕਿ ਉਹਨੂੰ ਗਲੀ ਵਿੱਚ ਸੁੱਟ ਦਿੱਤਾ, ਕੁਛ ਉੱਥੋਂ ਨਾਲ ਦੇ ਗੁਆਂਢੀ ਮਤਲਬ ਕਿ ਇੱਕ ਲੇਡੀ ਆ, ਉਹਨੇ ਦੇਖਿਆ ਵੀ ਇਹਨਾਂ ਨੇ ਉਹਨੂੰ ਬਾਹਰ ਸੁੱਟ ਦਿੱਤਾ, ਮਤਲਬ ਕਿ ਨਸ਼ੇ ਦੀ ਓਵਰਡੋਜ਼ ਨਾਲ ਜਾਂ ਗਲ ਘੁੱਟ ਕੇ ਜਾਂ ਇਸ ਤਰੀਕੇ ਨਾਲ ਇੱਕ ਹਿਸਾਬ ਦਾ ਵੀ ਕਤਲ ਹੀ ਇਹਨਾਂ ਨੇ ਕਰ ਦਿੱਤਾ ਬੱਚੇ ਦਾ ਸਾਡੇ 'ਤੇ।